ਹਾਂਜੀ ਫਿਰ ਕਿੱਦਾਂ ਸਾਰੇ। ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਹਾਂ। ਸੋ ਮੈਂ ਹੈਗਾ ਹਾਲੇ ਤਾਂ ਬਾਬੂ ਜੀ ਦੇ ਘਰ। ਸੋ ਗੱਡੀ ਸਟਾਰਟ ਕੀਤੀ ਆ ਅਤੇ ਆਪਾਂ ਚੱਲਦੇ ਹਾਂ ਘਰੇ ਕਾਕੇ ਨੂੰ ਲੈ ਕੇ, ਅਤੇ ਫਿਰ ਚੱਲਾਂਗੇ ਅੱਜ ਪਾਤੜਾਂ ਕਿਉਂਕਿ ਉਹਦਾ ਬ੍ਰਾਈਡਲ ਸੂਟ ਹੈਗਾ। ਸੋ ਮੈਂ ਹੀ ਕਰਨਾ ਗਾ ਆਪਣਾ ਸਮਾਨ ਸਾਰਾ ਰੇਡੀ ਆ, ਕੈਮਰੇ ਕੁਮਰੇ ਦਾ ਚੱਕ ਲਿਆ ਜਿੰਨਾ ਕੁਛ ਹੈਗਾ ਸੀ ਏ ਟੂ ਜੈਡ। ਸੋ ਪਹਿਲਾਂ ਆਪਾਂ ਚੜ੍ਹਾ ਕੇ ਲਿਆਉਂਦੇ ਹਾਂ ਅਤੇ ਕਾਕੀ ਨੂੰ, ਅਤੇ ਨਹਾ ਧੋ ਕੇ ਚੱਲਾਂਗੇ ਘਰੇ। ਸੋ ਗੱਡੀ ਸਟਾਰਟ ਆ। ਸੋ ਕਰਦੇ ਹਾਂ ਬੈਕ ਹੌਲੀ ਹੌਲੀ। ਸੋ ਘਰੇ ਪਹੁੰਚ ਚੁੱਕੇ ਹਾਂ ਅਤੇ ਆਪਾਂ ਧੋਣੇ ਗੱਡੀ, ਪੈਪ ਲਿਆਉਂਦੀ ਅੰਕਲ ਕਹਿੰਦੋਂ। ਸੋ ਚੜ੍ਹਾਉਂਦੇ ਟੂਟੀ 'ਤੇ ਆਪਾਂ ਇਹ ਧੋਣੇ ਗੱਡੀ, ਅਤੇ ਕਾਕੀ ਨਹਾਈ ਜਾਂਦੀ ਆ ਅਤੇ ਮੰਮੀ ਵੀ ਤਿਆਰ ਹੁੰਦੀ ਆ, ਉਹਨੂੰ ਮਾਸੀ ਕੋਲ ਛੱਡ ਕੇ ਜਾਵਾਂਗੇ ਰਾਹ 'ਚ। ਹਾਂਜੀ, ਅਤੇ ਫਿਰ ਰੇਡੀ ਵੇੜੀ ਹੋ ਕੇ ਬਹਿ ਗਏ ਗੱਡੀ 'ਚ। ਸੋ ਕਾਕੀ ਵੀ ਰੇਡੀ ਆ, ਸਮਾਨ ਵੀ ਰੇਡੀ ਆ ਏ ਟੂ ਜੈਡ। ਸੋ ਤੁਰਦੇ ਹਾਂ ਫਿਰ ਹੁਣ ਆਪਾਂ, ਪਹਿਲਾਂ ਚੱਲਾਂਗੇ ਆਪਾਂ ਮਾਸੀ ਕੋਲ, ਫਿਰ ਚੱਲਾਂਗੇ ਅੱਗੇ ਪਾਤੜਾਂ ਸਲੂਨ 'ਚ। ਸੋ ਪਹਿਲਾਂ ਆਪਾਂ ਪਹੁੰਚਦੇ ਹਾਂ ਮਾਸੀ ਕੋਲ, ਚੜ੍ਹਾਉਂਦੇ ਹਾਂ ਆਪਣੀ ਮਾਸੀ ਦੇ ਮੁੰਡੇ ਨੂੰ। ਸੋ ਲੈਟਸ ਗੋ। ਸੋ ਸਫ਼ਰ ਆਪਣਾ ਸਟਾਰਟ ਹੈ, ਅਤੇ ਪਹਿਲਾਂ ਆਪਾਂ ਚੱਲਾਂਗੇ ਪੈਟਰੋਲ ਪੰਪ 'ਤੇ, ਅਤੇ ਪੈਟਰੋਲ ਪੰਪ 'ਤੇ ਹਵਾ ਪਵਾਉਣੀ ਆ, ਤੇਲ ਪਵਾਉਣਾ, ਤੇਲ ਖਾਲੀ ਹੈ। ਸੋ ਪਹੁੰਚਦੇ ਹਾਂ ਪਹਿਲਾਂ ਆਪਾਂ ਪੈਟਰੋਲ ਪੰਪ 'ਤੇ। ਇੱਕ ਤਾਂ ਆ ਗਿਆ, ਇਹ ਤੋਂ ਨਹੀਂ ਪਵਾਉਂਦੇ। ਸੋ ਗਾਹ ਵਾਲੇ ਤੋਂ ਪਵਾਵਾਂਗੇ ਆਪਣੇ ਦੋਸਤਾਂ ਤੋਂ, ਇਹਨੂੰ ਟਾਟਾ ਟਾਟਾ ਵਾਏ ਵਾਏ। ਇਹ ਵੀ ਆਪਣੇ ਜਿਹੜੇ ਬਾਂਧ ਲੈਂਦੇ ਉਹਨਾਂ ਦਾ ਗਾ। ਸੋ ਵੈਸੇ ਉਹਨਾਂ ਨਾਲ ਆਪਣੀ ਵੱਧ ਬਣਦੀ ਹੈ ਥੋੜ੍ਹੀ ਜਿਹੀ। ਸੋ ਉਹਨਾਂ ਕੋਲ ਚੱਲਾਂਗੇ ਆਪਾਂ ਅੱਗੇ। ਸੋ ਤੇਲ ਪਵਾਉਣੇ ਅਤੇ ਹਵਾ ਵੀ ਪਵਾਉਣੀ, ਇੱਧਰਲੇ ਟਾਇਰ 'ਤੇ ਹਵਾ ਘੱਟ ਆ ਗਈ, ਉਹ ਕੀ ਪਾਉਣੇ ਕਿਉਂ ਸੁਪਲਾ ਤੇਲ ਪਵਾਈਏ। ਸੋ ਹੁਣ ਪਾਉਣੇ ਆਪਾਂ ਹਵਾ, ਇੱਕ ਟਾਇਰ 'ਤੇ ਹਵਾ ਘੱਟ ਆ ਗਈ, ਕਿੱਧਰ ਫਸ ਗਿਆ ਭਰਾਵਾ, ਨਿਕਲਿਆ ਕਿੰਨੀ ਕਰਨੀ ਅੱਗੇ ਕਰਨੀ। ਸੋ ਹਵਾ ਪਵਾ ਲਈ ਆਪਾਂ, ਇੱਧਰ ਕਿੱਧਰ ਦੀ ਜਿਵੇਂ ਵੀ ਦਿਨ ਜਾਣਾ ਸੀ ਅਸੀਂ ਨਿਕਲਾਂਗੇ। ਸੋ ਓ ਗੋਡ, ਇਹਨੇ ਤੱਕਿਆ ਮੈਂ ਕੱਟ। ਸੋ ਪਹੁੰਚ ਗਏ ਫਿਰ ਆਪਾਂ ਮਾਸੀ ਕੋਲੇ। ਸੋ ਮਾਸੀ ਦੇ ਪਿੰਡੋਂ ਵੀ ਤੁਰ ਪਏ, ਅਤੇ ਚੜ੍ਹਾ ਲਿਆ ਮਾਸੀ ਦਾ ਮੁੰਡਾ। ਸੋ ਚੱਲਦੇ ਹੁਣ ਆਪਾਂ ਗਾਹਾਂ ਮਾਮੇ ਦੀ ਕੁੜੀ ਕੋਲੇ। ਸੋ ਸਿੱਧਾ ਉਹਦੇ ਸਲੂਨ 'ਚ ਜਾ ਕੇ ਮਿਲਦੇ ਹਾਂ। ਹਾਂਜੀ, ਇਹਦੇ ਉੱਪਰ ਪਹੁੰਚ ਗਏ ਆਪਾਂ ਸਲੂਨ ਪਾਤੜਾ, ਆਪਣੀ ਭੈਣ ਦਾ ਸਲੂਨ ਹੈ ਹੋਲੀ ਸਨਿਪ। ਸੋ ਨਵਾਂ ਖੋਲਿਆ ਇਹਨਾਂ ਨੇ। ਸੋ ਇੱਥੇ ਕਰਦੇ ਅੱਜ ਸ਼ੂਟ।
ਹਾਂ ਜੀ ਤੇ ਫਿਰ ਤਿਆਰ ਕਰਨਾ ਸ਼ੁਰੂ ਕਰਤਾ ਕਾਕੀ ਨੂੰ ਸੋ ਮੈਂ ਵੀਡੀਓ ਬਣਾ ਰਿਹਾ ਅੱਧਾ ਘੰਟਾ ਲੱਗੂਗਾ ਹਲੇ ਸੋ ਇਹਨਾਂ ਤੇ ਬਾਜ਼ਾਰ ਚੱਲ ਕੇ ਆਉਣੇ ਆ ਸੋ ਕੱਪੜੇ ਲੈਣੇ ਸੀ ਪੈਂਟ ਸੋ ਪਹੁੰਚ ਗਏ ਆਪਾਂ ਦੁਬਾਰੇ ਸਲੂਨ 'ਚ ਸੋ ਇਹ ਧਰਕਿਆਂ ਦਾ ਪੈਂਟ ਅਤੇ ਆਪਾਂ ਲੱਗਦੇ ਆਪਣੇ ਕੰਮ ਇੱਧਰ ਵੀ ਕਾਕੀ ਰੇਡੀ ਆ ਚੱਕਦੇ ਆਪਾਂ ਆਪਣਾ ਕੈਮਰਾ ਬਣਾਉਣੇ ਵੀਡੀਓ ਛੂਟ ਡਨ ਹੋ ਗਿਆ ਅਤੇ ਡਾਟਾ ਟ੍ਰਾਂਸਫਰ ਕਰ ਰਹੇ ਹਾਂ ਸੋ ਸਾਰੇ ਖੜ੍ਹੇ ਆ ਡੀਕ 'ਚ ਜਾਣਾ ਵੀ ਆ ਲੇਟ ਹੋ ਜਾਂਦਾ ਚੱਲਦੇ ਹਾਂ ਫਿਰ ਆਪਾਂ ਡਾਟਾ ਟ੍ਰਾਂਸਫਰ ਕਰਕੇ ਸੋ ਮੀਂਹ ਬਹੁਤ ਉਤਰਿਆ ਆ ਇੱਧਰ ਮਾਸੀ ਦੇ ਮੁੰਡੇ ਨੇ ਘਰੇ ਫੋਨ ਕਰਿਆ ਕਹਿੰਦੇ ਜਾਣ ਨਹੀਂ ਦਿੰਦੇ ਅੱਜ ਸੋ ਸਾਇਸ ਤੈਨੂੰ ਆਖਿਆ ਜੀ ਵੀ ਸਿੱਧਾ ਸਾਡੇ ਨਾਲ ਹੀ ਵਗ ਚੱਲ ਕੱਲ੍ਹ ਹਾਂ ਜੀ ਪਰ ਇਹ ਕਹਿੰਦਾ ਨਹੀਂ ਮੈਨੂੰ ਤਾਰ ਕੇ ਜਾਓ ਮੈਂ ਵਿਆਹ 'ਤੇ ਜਾਣਾ ਸੋ ਹੁਣ ਇਹਨੂੰ ਤਾਰ ਕੇ ਆਉਣਾ ਪਊਗਾ ਪਿੰਡੇ 'ਤੇ ਅਤੇ ਉੱਧਰੋਂ ਮੀਂਹ ਵੀ ਬਾਹਲਾ ਗਾ ਮਾਸੀ ਨੇ ਜਾਣ ਹੀ ਨਹੀਂ ਦੇਣਾ ਦੇਖਦੇ ਹਾਂ ਕੀ ਬਣਦਾ ਘਰੇ ਜਾ ਕੇ ਪਤਾ ਲੱਗੂਗਾ ਇਹਨਾਂ ਦੇ ਵੀ ਜਾਣ ਦਿੰਦੇ ਆ ਕਿ ਨਾ ਆ ਰਹੀ ਹੈ ਫਿਰ ਇਹਨੂੰ ਹਾਂਜੀ ਅਤੇ ਫਿਰ ਰੋਟੀ ਰੋਟੀ ਤਾਂ ਖਾ ਲਈ ਸੋ ਧੱਕੇ ਨਾਲ ਰੱਖ ਹੀ ਲਿਆ ਮਾਸੀ ਦੇ ਮੁੰਡੇ ਨੇ ਸੋ ਮਾਸੀ ਨੇ ਬਹੁਤ ਰੌਲਾ ਪਾਇਆ ਕਹਿੰਦੀ ਇਹ ਰਹਿਣ ਅੱਜ ਕਿਉਂਕਿ ਰਾਤ ਹੋ ਚੁੱਕੀ ਸੀ ਸੋ ਫਿਰ ਤੜਕੇ ਜਾਵਾਂਗੇ ਸੁਨੇਹਾ 7 ਵਜੇ ਜਾ ਕੇ ਕੈਮਰਾ ਵੀ ਦੇਣਾ ਰੈਂਟ 'ਤੇ ਸੋ ਬੈਟਰੀ ਮੂਟਰੀਆਂ ਚਾਰਜ ਲਾ ਤੀਆਂ ਸੋ ਮੈਂ ਐਡੀਟਿੰਗ ਕਰ ਰਿਹਾ ਸੀ ਵੀਡੀਓ ਦੀ ਸੋ ਪਾਉਣ ਲੱਗੇ ਹੁਣ ਆਪਾਂ ਇਹਨੂੰ ਯੂਟਿਊਬ 'ਤੇ ਸੋ ਸਾਰਿਆਂ ਨੇ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਕਿਵੇਂ ਲੱਗਿਆ ਬਲੌਗ ਸੋ ਅਗਲੇ ਬਲੌਗ ਦੇ ਵਿੱਚ ਕਮੈਂਟ ਵੀ ਬੋਲਿਆ ਕਰਾਂਗੇ ਆਪਾਂ ਜਿਹੜੇ ਜਿਹੜੇ ਘੈਂਟ ਘੈਂਟ ਕਮੈਂਟ ਕਰਦੇ ਨੇ ਜਿਵੇਂ ਆਪਣਾ ਦੋਸਤ ਸੀ ਇੱਕ ਉਹ ਬਹੁਤ ਵਧੀਆ ਕਮੈਂਟ ਕਰਦਾ ਰਹਿੰਦਾ ਰੋਜ਼ ਸੋ ਵਧੀਆ ਵਧੀਆ ਕਮੈਂਟ ਕਰਿਆ ਕਰੋ ਹੌਸਲਾ ਮਿਲਦਾ ਤੁਹਾਡੇ ਕਮੈਂਟਾਂ ਨਾਲ ਦੇਖਦਾ ਹੁੰਦਾ ਮੈਂ ਡੇਲੀ ਕਮੈਂਟ ਬਹੁਤ ਘੈਂਟ ਕਮੈਂਟ ਕਰਦੇ ਵਿੱਚ ਕਈ ਸੋ ਗੁੱਡ ਨਾਈਟ ਸਾਰਿਆਂ ਨੂੰ।